ਅੱਜ ਪਿੰਡ ਬਰਿਆਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਖਦਾਤਾ ਬਾਬਾ ਕੁੱਲੀ ਵਾਲੇ ਦਾ ਧਰਮ ਦਿਹਾੜਾ ਬੜੀ ਸ਼ਰਧਾ ਅਤੇ ਧੂਮ ਨਾਲ ਮਨਾਇਆ ਗਿਆ। ਪਿੰਡ ਬਰਿਆਰ ਦੇ ਕਮੇਟੀ ਮੈਂਬਰਾਂ ਨੇ ਇਸ ਵਿੱਚ ਆਪਣਾ ਪੂਰਾ ਯੋਗਦਾਨ ਦਿੰਦਿਆਂ ਹੋਇਆਂ ਸਵੇਰੇ ਤੜਕਸਾਰ ਤੋਂ ਹੀ ਲੰਗਰਾਂ ਦੀ ਸੇਵਾ ਲਗਾਤਾਰ ਜਾਰੀ ਰੱਖੀ ਅਤੇ ਭਾਂਤ ਭਾਂਤ ਦੇ ਲੰਗਰ ਅਤੇ ਛਬੀਲਾਂ ਲਗਾਈਆਂ ਗਈਆਂ। ਇਸ ਮੌਕੇ 'ਤੇ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਭੋਜਨ ਵੀ ਛਕਾਇਆ ਗਿਆ ਅਤੇ ਰਹਿਣ ਦੀ ਵਿਵਸਥਾ ਕੀਤੀ ਗਈ। ਇਸ ਮੌਕੇ 'ਤੇ ਸ਼ਾਮ ਵੇਲੇ ਜਿਹੜਾ ਆ ਖੇਡਾਂ ਦਾ ਪ੍ਰਬੰਧ ਵੀ ਕੀਤਾ ਗਿਆ, ਜਿਹਦੇ ਵਿੱਚ ਵੱਡੇ ਇਨਾਮ ਰੱਖੇ ਗਏ, ਜਿਹਦੇ ਵਿੱਚ ਕੁਸ਼ਤੀਆਂ, ਖੇਲ, ਦੌੜ, ਰੱਸਾਕੱਸੀ, ਕਬੱਡੀ ਤੱਕ ਦੀ ਖੇਡਾਂ ਕੀਤੀਆਂ ਗਈਆਂ। ਇਸ ਮੌਕੇ 'ਤੇ ਸੂਫੀ ਗਾਇਕ ਫਿਰੋਜ਼ ਖਾਨ ਨੇ ਆਪਣੇ ਸੂਫੀ ਗੀਤਾਂ ਉੱਪਰ ਲੋਕਾਂ ਦਾ ਮਨ ਮੋਇਆ ਅਤੇ ਲੋਕਾਂ ਨੂੰ ਝੂਮਣ ਉੱਤੇ ਮਜਬੂਰ ਕਰ ਦਿੱਤਾ। ਲੋਕਾਂ ਨੇ ਵੀ ਫਿਰੋਜ਼ ਖਾਨ ਦੀ ਕਾਫੀ ਤਾਰੀਫ ਕੀਤੀ। ਇਸ ਮੌਕੇ 'ਤੇ ਕਮੇਟੀ ਮੈਂਬਰਾਂ ਨੇ ਆਏ ਹੋਏ ਸਾਰੇ ਹੀ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮੇਲਾ ਹਰ ਸਾਲ ਬੜੀ ਧੂਮਧਾਮ ਮਨਾਇਆ ਜਾਂਦਾ ਅਤੇ ਅੱਗੇ ਵੀ ਇਸੇ ਤਰੀਕੇ ਨਾਲ ਹੀ ਚੱਲਦਾ ਰਹੇਗਾ, ਕਿਉਂਕਿ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਤੋਂ ਦੂਰ ਰੱਖਣ ਲਈ ਇਹ ਮੇਲਾ ਕਮੇਟੀ ਵੱਲੋਂ ਹਰ ਸਾਲ ਕਰਾਇਆ ਜਾਂਦਾ ਹੈ, ਜੋ ਇੱਕ ਬੜਾ ਵੱਡਾ ਉਪਰਾਲਾ ਹੈ ਜਿਸ ਨੂੰ ਅੱਗੇ ਅਗਲੀ ਪੀੜ੍ਹੀ ਵੀ ਸਾਡੀ ਜਾਰੀ ਰੱਖੇਗੀ। ਦੇਖੋ ਇਨਸਾਫ ਟੀਵੀ 'ਤੇ ਪੂਰੀ ਖਬਰ। ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਇਸ ਵੇਲੇ ਅਸੀਂ ਖੜ੍ਹੇ ਹਾਂ ਪਿੰਡ ਬਰਿਆਰ ਵਿੱਚ, ਜਿੱਥੇ ਬਾਬਾ ਲੱਖਦਾਤਾ ਕੁੱਲੀ ਵਾਲੇ ਦਾ ਜਿਹੜਾ ਹਰ ਸਾਲ ਜਿਹੜਾ ਮੇਲਾ ਧੂਮਧਾਮ ਨਾਲ ਮਨਾਇਆ ਜਾਂਦਾ ਅਤੇ ਅੱਜ ਵੀ ਬੜੀ ਸ਼ਰਧਾ ਭਾਵਨਾ ਨਾਲ ਕਮੇਟੀ ਵੱਲੋਂ ਅਤੇ ਪਿੰਡ ਦੇ ਸ਼ਰਧਾਲੂਆਂ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਆ, ਜਿੱਥੇ ਹਮਾ ਕੇ ਆਸ ਪਾਸ ਦੇ ਪਿੰਡਾਂ 'ਚੋਂ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਆ ਪਹੁੰਚੀਆਂ। ਅਸੀਂ ਤੁਹਾਡੀ ਗੱਲ ਕਰਨ ਜਾ ਰਹੇ ਹਾਂ ਕਮੇਟੀ ਮੈਂਬਰਾਂ ਨਾਲ ਕਿ ਉਹ ਹਰ ਸਾਲ ਇਸ ਮੇਲੇ ਦੀ ਕੀ ਮਹੱਤਤਾ ਹੁੰਦੀ ਹੈ ਅਤੇ ਕੀ ਇਹਦੇ ਵਿੱਚ ਇਹਨਾਂ ਵੱਲੋਂ ਯੋਗਦਾਨ ਦਿੱਤਾ ਜਾਂਦਾ ਅਤੇ ਕੀ ਪ੍ਰੋਗਰਾਮ ਕਰਵਾਏ ਜਾਂਦੇ ਆ? ਹਾਂਜੀ, ਕੀ ਨਾਮ ਆ ਜੀ? ਮੇਰਾ ਨਾਮ ਪੰਮਾ ਜੀ। ਹਰ ਸਾਲ ਜਿਹੜਾ ਬਾਬਾ ਮੇਲਾ ਕਰਵਾਇਆ ਜਾਂਦਾ, ਇਹਦੇ ਬਾਰੇ ਥੋੜ੍ਹਾ ਦੱਸੋਗੇ? ਇਹ ਨਸ਼ਾ ਛਡਾਉਣ ਦੇ ਵਾਸਤੇ ਨੌਜਵਾਨਾਂ ਵਾਸਤੇ ਯੋਗਦਾਨ ਕਰੀ ਜਾਂਦਾ। ਨਸ਼ਾ ਛਡਾਉਣ ਵਾਸਤੇ? ਹਾਂਜੀ, ਹਰ ਸਾਲ ਹੁੰਦਾ ਜੀ, ਹਰ ਸਾਲ। ਅੱਜ ਕਿਹੜਾ ਸਿੰਗਰ ਆ ਰਿਹਾ ਜੀ? ਅੱਜ ਫਿਰੋਜ਼ ਖਾਨ ਆ ਰਿਹਾ। ਫਿਰੋਜ਼ ਖਾਨ ਜੀ ਆ ਰਹੇ? ਹਾਂਜੀ ਹਾਂਜੀ। ਭਾਜੀ ਕੀ ਨਾਮ ਆ? ਮੇਰਾ ਨਾਮ ਰਾਜਕੁਮਾਰ ਰਾਜੂ ਆ। ਰਾਜਕੁਮਾਰ ਜੀ, ਪਿੰਡ ਬਰਿਆਰ 'ਚ ਰਹਿਣ ਵਾਲੇ ਅਸੀਂ। ਹਾਂਜੀ। ਬਾਬੇ ਕੁੱਲੀ ਆ ਜੀ ਕਰਕੇ ਅਸੀਂ ਮੇਲਾ ਕਰਾਉਂਦੇ ਹਾਂ। ਹਾਂਜੀ। ਪਹਿਲਾਂ ਬਾਬੇ ਕੁੱਲੀ ਆ ਦੀ ਕੋਈ ਜਗ੍ਹਾ ਨਹੀਂ, ਸਾਡੇ ਵੀਰ ਭਰਾਵਾਂ ਦੀ ਯੋਗਦਾਨ ਆ ਬਹੁਤ ਕੁਝ। ਕਮੇਟੀ ਦੇ ਹਿਸਾਬ ਨਾਲ ਸਾਡਾ ਤਾਂ ਇੰਨਾ ਕੁ ਯੋਗਦਾਨ ਪੇ ਕਰਦਾ, ਹਰ ਸਾਲ ਦੀ ਸਾਲ ਕਮੇਟੀ ਦਾ ਮੇਲਾ ਕਰਾਉਂਦੀ ਆ। ਬੜੀ ਚਾਵਾਂ ਅਤੇ ਸੱਧਰਾਂ ਨਾਲ ਖੁਸ਼ ਹੋ ਕੇ, ਕਿਸੇ ਗੱਲ ਦੀ ਇੱਥੇ ਕਮੀ ਨਹੀਂ, ਕੋਈ ਲੜਾਈ ਝਗੜਾ ਨਹੀਂ, ਕੁਛ ਨਹੀਂ ਹੈਗਾ। ਅਤੇ ਸਿਰਫ ਮਹਾਰਾਜ ਦੀ ਬਾਬੇ ਕੁੱਲੀ ਵਾਲੀ ਦੀ ਜਾਇਆ, ਬਾਬੇ ਕੁੱਲੀ ਵਾਲੀ ਜਾ ਦੇ ਕਾਰਨ ਸਾਰਾ ਕਮੇਟੀ ਸਾਡੇ ਵੱਲੋਂ ਸਾਰਿਆਂ ਨੂੰ ਜੀਆਂ ਨੂੰ ਨਮਸਤੇ। ਨਾਮ ਆ? ਸੰਦੀਪ ਕੁਮਾਰ ਨਾਮ ਜੀ। ਸੰਦੀਪ ਕੁਮਾਰ ਜੀ, ਹਰ ਸਾਲ ਮੇਲਾ ਕਰਵਾਇਆ ਜਾਂਦਾ ਹੈ, ਹਾਂਜੀ ਹਾਂਜੀ, ਥੋੜ੍ਹਾ ਬਹੁਤ ਦੱਸਿਓ ਇਹਦੇ ਬਾਰੇ। ਦੱਸਿਆ ਸਰ, ਜਿੰਨੀ ਆਪਣੀ ਪਿੰਡ ਦੀ ਨੌਜਵਾਨ ਪੀੜ੍ਹੀ ਹੈ, ਜਿੰਨੀ ਆਪਣਾ ਮਤਲਬ ਕਿ ਜਿੰਨਾ ਵੀ ਨੌਜਵਾਨ ਮੁੰਡਾ, ਸਾਰਿਆਂ ਦੇ ਯੋਗਦਾਨ ਆ, ਸਾਰਿਆਂ ਦੇ ਪਿੰਡ ਵਾਸੀਆਂ ਨਾਲ, ਜੋ ਵੀ ਆਪਣੇ ਪਿੰਡ ਦੀ ਸ਼ਰਧਾਲੂ ਆਸੇ ਪਾਸੇ ਦੁਨੀਆ ਵੀ ਆਉਂਦੀ ਆ, ਸਾਰੇ ਪਿੰਡਾਂ ਦਾ ਯੋਗਦਾਨ ਆ ਨੌਜਵਾਨ ਪੀੜ੍ਹੀ ਵਾਸਤੇ। ਆਪਾਂ ਆਪਣਾ ਜੋ ਵੀ ਨੌਜਵਾਨ ਸਭਾ ਆਪਣੀ ਸਾਰੀ ਯੂਥ ਕਲੱਬ ਆਪਣੀ ਕਮੇਟੀ ਆ ਬਾਬੇ ਦੀ, ਬਾਕੀ ਬਾਬਾ ਆਪਣੇ ਉਹ ਵੀ ਆਪਣੇ ਨਾਲ ਜੀ, ਸਾਰਾ ਉਹਨਾਂ ਦਾ ਯੋਗਦਾਨ ਆ। ਤੋਂ ਆਪਣੇ ਨੌਜਵਾਨ ਸਭਾ
ਸੇਵਾ ਕਰਦੇ ਹਾਂ ਹਰ ਤਰ੍ਹਾਂ ਦਾ ਮਤਲਬ ਹਰ ਜੋ ਵੀ ਪੰਜਾਬੀ ਹਰ ਤਰ੍ਹਾਂ ਦਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਆ। See you.